ਕੀ ਤੁਹਾਨੂੰ ਵੀ ਗੱਡੀ ਦੇ ਵਿੱਚ ਬੈਠਦਿਆਂ ਹੀ ਉਲਟੀਆਂ ਤੇ ਚੱਕਰ ਆਉਣ ਲੱਗਦੇ ਨੇ? ਜੇਕਰ ਅਜਿਹਾ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਦੇ ਵਿੱਚ ਬੈਠਦਿਆਂ ਤੁਹਾਨੂੰ ਚੱਕਰ ਕਿਉਂ ਆਉਣ ਲੱਗਦੇ ਨੇ, ਇਸ ਦੇ ਪਿੱਛੇ ਕਾਰਨ ਕੀ ਹੈ ਤੇ ਇਸ ਦਾ ਇਲਾਜ ਕੀ ਹੈ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸਫ਼ਰ ਕਰਨਾ ਤਾਂ ਬਹੁਤ ਪਸੰਦ ਹੈ, ਪਰ ਜਦੋਂ ਕਾਰ ਜਾਂ ਬੱਸ ਦੇ ਵਿੱਚ ਬਹਿੰਦੇ ਨੇ ਤਾਂ ਉਹਨਾਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ, ਇਸ ਲਈ ਉਹ ਆਪਣੇ ਸਫ਼ਰ ਨੂੰ ਕਦੇ ਵੀ ਇੰਜੋਏ ਨਹੀਂ ਕਰ ਪਾਉਂਦੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਦੇ ਕਾਰਨਾਂ ਬਾਰੇ ਦੱਸਾਂਗੇ। ਸਫ਼ਰ ਦੇ ਵਿੱਚ ਉਲਟੀ ਆਉਣ ਨੂੰ ਮੋਸ਼ਨ ਸਿਕਨੈਸ ਕਿਹਾ ਜਾਂਦਾ ਹੈ। ਮੋਸ਼ਨ ਸਿਕਨੈਸ ਕੋਈ ਬਿਮਾਰੀ ਨਹੀਂ, ਬਲਕਿ ਇਹ ਇੱਕ ਕੰਡੀਸ਼ਨ ਜਾਂ ਆਪਾਂ ਕਹੀਏ ਇੱਕ ਸਥਿਤੀ ਹੈ। ਇਹ ਉਦੋਂ ਹੁੰਦੀ ਹੈ ਜਦੋਂ ਸਾਡੇ ਦਿਮਾਗ ਨੂੰ ਸਿਗਨਲ ਸਹੀ ਤਰੀਕੇ ਦੇ ਨਾਲ ਨਹੀਂ ਮਿਲਦਾ। ਜਦੋਂ ਦਿਮਾਗ ਤੱਕ ਸਿਗਨਲ ਸਹੀ ਤਰੀਕੇ ਨਾਲ ਪਹੁੰਚਣੋਂ ਹਟ ਜਾਂਦਾ ਹੈ, ਅਜਿਹਾ ਉਦੋਂ ਹੁੰਦਾ ਹੈ। ਹੁਣ ਅਸੀਂ ਤੁਹਾਨੂੰ ਇਸ ਦੇ ਬਾਰੇ ਥੋੜਾ ਵਿਸਥਾਰ ਦੇ ਨਾਲ ਦੱਸਦੇ ਹਾਂ। ਇਸ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਸਾਡੇ ਕੰਨ ਦੀ ਸੰਰਚਨਾ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਤੁਸੀਂ ਕਹੋਗੇ ਕਿ ਇਸ ਦਾ ਸਾਡੇ ਕੰਨਾਂ ਦੇ ਨਾਲ ਕੀ ਸੰਬੰਧ ਹੈ, ਥੋੜਾ ਸਬਰ ਕਰੋ, ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ। ਸਾਡੇ ਕੰਨ ਦੇ ਸਭ ਤੋਂ ਅੰਦਰਲੇ ਭਾਗ ਨੂੰ ਇਨਰ ਈਅਰ ਕਹਿੰਦੇ ਹਨ। ਸਾਡੇ ਕੰਨਾਂ ਦਾ ਇਹ ਭਾਗ ਅਲੱਗ-ਅਲੱਗ ਆਵਾਜ਼ਾਂ ਨੂੰ ਪਹਿਚਾਨਣ ਦੇ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਸਾਡੇ ਸਰੀਰ ਨੂੰ ਬੈਲੈਂਸ ਰੱਖਣ ਦੇ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਅੰਦਰ ਮੌਜੂਦ ਵੈਸਟੀਬੂਲ ਦਾ ਹਰ ਇੱਕ ਭਾਗ ਸਾਡੇ ਦਿਮਾਗ ਨੂੰ ਲਗਾਤਾਰ ਸਿਗਨਲ ਭੇਜਦਾ ਰਹਿੰਦਾ ਹੈ। ਇਸ ਦੇ ਨਾਲ ਹੀ ਸਾਡਾ ਦਿਮਾਗ ਸਾਡੇ ਸਰੀਰ ਦੀ ਗਤੀਵਿਧੀਆਂ ਨੂੰ ਪਹਿਚਾਨ ਕੇ ਸਾਡੇ ਸਰੀਰ ਨੂੰ ਬੈਲੈਂਸ ਕਰ ਪਾਉਂਦਾ ਹੈ। ਹੁਣ ਅਸੀਂ ਵਾਪਸ ਆਪਣੇ ਵਿਸ਼ੇ ਦੇ ਉੱਪਰ ਫਿਰ ਤੋਂ ਆਉਂਦੇ ਹਾਂ, ਯਾਨੀ ਕਿ ਮੋਸ਼ਨ ਸਿਕਨੈਸ ਤੇ। ਜਦੋਂ ਅਸੀਂ ਕਾਰ ਜਾਂ ਬੱਸ ਵਿੱਚ ਹੁੰਨੇ ਹਾਂ ਤਾਂ ਅਸੀਂ ਤਾਂ ਗਤੀ ਕਰ ਰਹੇ ਹੁੰਨੇ ਹਾਂ, ਪਰ ਸਾਡਾ ਸਰੀਰ ਇੱਕ ਜਗ੍ਹਾ ਤੇ ਹੀ ਰਹਿੰਦਾ ਹੈ। ਅਜਿਹੇ ਵਿੱਚ ਸਾਡੇ ਦਿਮਾਗ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਗਤੀ ਦੇ ਵਿੱਚ ਹਾਂ ਜਾਂ ਨਹੀਂ, ਤੇ ਦਿਮਾਗ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਚੱਲ ਰਹੇ ਹਾਂ ਜਾਂ ਖੜੇ ਹਾਂ, ਤੇ ਸਾਡੇ ਦਿਮਾਗ ਨੂੰ ਆਸੇ-ਪਾਸੇ ਗਤੀ ਦਾ ਕੋਈ ਸੰਕੇਤ ਨਹੀਂ ਮਿਲਦਾ, ਯਾਨੀ ਕਿ ਉਹਨੂੰ ਆਸੇ-ਪਾਸੇ ਪਤਾ ਨਹੀਂ ਲੱਗਦਾ ਕਿ ਅਸੀਂ ਕਿਸ ਦਿਸ਼ਾ ਵੱਲ ਨੂੰ ਵੱਧ ਰਹੇ ਹਾਂ। ਜਦੋਂ ਅਸੀਂ ਸਫ਼ਰ ਕਰ ਰਹੇ ਹੁੰਨੇ ਹਾਂ ਤਾਂ ਸਾਡੇ ਆਲੇ-ਦੁਆਲੇ ਦੀ ਸਿਨਰੀ ਬਹੁਤ ਜਲਦੀ ਬਦਲਦੀ ਹੈ, ਜਿਸ ਦੇ ਨਾਲ ਸਾਡਾ ਦਿਮਾਗ ਕਨਫਿਊਜ਼ ਹੋ ਜਾਂਦਾ ਹੈ। ਇਸ ਦੇ ਕਾਰਨ ਸਾਡੇ ਦਿਮਾਗ ਨੂੰ ਡੈਸਟੀਬਲ ਸਹੀ ਸਿਗਨਲ ਨਹੀਂ ਦੇ ਪਾਉਂਦੇ ਤੇ ਜਿਸ ਦੇ ਨਾਲ ਸਾਡੇ ਸਰੀਰ ਦਾ ਬੈਲੈਂਸ ਵਿਗੜਨ ਲੱਗਦਾ ਹੈ, ਕਿਉਂਕਿ ਅੱਖਾਂ ਤੋਂ ਜਾਣ ਵਾਲੇ ਸੰਕੇਤ ਅਤੇ ਦਿਮਾਗ ਤੋਂ ਮਿਲਣ ਵਾਲੇ ਸੰਕੇਤ ਆਪਸ ਦੇ ਵਿੱਚ ਮੈਚ ਨਹੀਂ ਕਰਦੇ। ਅਜਿਹੇ ਵਿੱਚ ਸਾਡਾ ਦਿਮਾਗ ਪੂਰੀ ਤਰ੍ਹਾਂ ਦੇ ਨਾਲ ਕਨਫਿਊਜ਼ ਹੋ ਜਾਂਦਾ ਹੈ। ਉਸ ਨੂੰ ਅਜਿਹਾ ਲੱਗਦਾ ਹੈ ਕਿ ਸਾਡੇ ਸਰੀਰ ਦੇ ਅੰਦਰ ਕੋਈ ਜ਼ਹਿਰੀਲੀ ਚੀਜ਼ ਆ ਗਈ ਹੈ। ਅਜਿਹੇ ਵਿੱਚ ਉਹ ਜ਼ਹਿਰੀਲੀ ਚੀਜ਼ ਨੂੰ ਸਾਡੇ ਸਰੀਰ ਤੋਂ ਬਾਹਰ ਕੱਢਣ ਦੇ ਲਈ ਸਾਡਾ ਦਿਮਾਗ ਸਾਡੇ ਸਰੀਰ ਨੂੰ ਉਲਟੀ ਕਰਨ ਦਾ ਸੰਕੇਤ ਭੇਜਦਾ ਹੈ, ਭਾਵ ਕਿ ਜਿਹੜਾ ਜ਼ਹਿਰ ਸਾਡੇ ਦਿਮਾਗ ਨੂੰ ਮਹਿਸੂਸ ਹੋ ਰਿਹਾ ਹੈ ਉਹ ਸਾਡੇ ਸਰੀਰ ਤੋਂ ਬਾਹਰ ਨਿਕਲ ਜਾਵੇ। ਅਜਿਹਾ ਇਸ ਕਾਰਨ ਹੁੰਦਾ ਹੈ ਕਿਉਂਕਿ ਸਾਡਾ ਦਿਮਾਗ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦਾ ਹੈ। ਇਸ ਦੇ ਕਾਰਨ ਹੀ ਸਾਨੂੰ ਉਲਟੀ ਅਤੇ ਚੱਕਰ ਆਉਂਦੇ ਹਨ। ਦੇਖਿਆ ਜਾਵੇ ਤਾਂ ਮੋਸ਼ਨ ਸਿਕਨੈਸ ਕੋਈ ਬਿਮਾਰੀ ਨਹੀਂ, ਬਲਕਿ ਸਾਡੇ ਦਿਮਾਗ ਦਾ ਕਨਫਿਊਜ਼ਨ ਹੈ। ਇਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਜਦੋਂ ਵੀ ਤੁਸੀਂ ਬੱਸ, ਕਾਰ ਜਾਂ ਗੱਡੀ ਦੇ ਵਿੱਚ ਬੈਠੋ ਤਾਂ ਹਮੇਸ਼ਾ ਵਿੰਡੋ ਸੀਟ ਦੇ ਉੱਪਰ ਬੈਠੋ, ਤਾਂ ਕਿ ਤੁਸੀਂ ਬਾਹਰ ਦੇ ਨਜ਼ਾਰੇ ਚੰਗੀ ਤਰ੍ਹਾਂ ਨਾਲ ਦੇਖ ਸਕੋ ਤੇ ਨਾਲ ਦੀ ਨਾਲ ਤੁਹਾਨੂੰ ਤਾਜ਼ੀ ਹਵਾ ਵੀ ਮਿਲੇ। ਮੋਸ਼ਨ ਸਿਕਨੈਸ ਤੋਂ ਬਚਣ ਦੇ ਹੋਰ ਵੀ ਕਈ ਤਰੀਕੇ ਹਨ। ਸਫ਼ਰ ਦੇ ਵਿੱਚ ਜੇਕਰ ਤੁਸੀਂ ਟਾਈਮ ਪਾਸ ਦੇ ਲਈ ਕਿਤਾਬ ਪੜ੍ਹਨੀ ਪਸੰਦ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ, ਕਿਉਂਕਿ ਇਸ ਦੇ ਨਾਲ ਤੁਹਾਨੂੰ ਮੋਸ਼ਨ ਸਿਕਨੈਸ ਦੀ ਸਮੱਸਿਆ ਆ ਸਕਦੀ ਹੈ, ਕਿਉਂਕਿ ਸਾਡੇ ਦਿਮਾਗ ਨੂੰ ਸਹੀ ਸੰਕੇਤ ਨਹੀਂ ਮਿਲੇਗਾ। ਸਫ਼ਰ ਦੇ ਦੌਰਾਨ ਜਦੋਂ ਤੁਹਾਡਾ ਜੀਮ ਚਲਾਵੇ ਜਾਂ ਚੱਕਰ ਆਉਣ ਲੱਗਣ, ਉਸ ਟਾਈਮ ਤੁਸੀਂ ਕੋਲਡ ਡਰਿੰਕ, ਅਦਰਕ, ਪੁਦੀਨਾ, ਟੌਫੀ ਜਾਂ ਚਿੰਗਮ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਆਰਾਮ ਮਿਲੇਗਾ, ਕਿਉਂਕਿ ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਲੱਗ ਜਾਵੇਗਾ। ਕੁਝ ਲੋਕ ਹਮੇਸ਼ਾ ਹੀ ਬਿਨਾਂ ਕੁਝ ਖਾਧੇ ਸਫ਼ਰ ਦੇ ਉੱਪਰ ਨਿਕਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਉਹਨਾਂ ਨੇ ਕੁਝ ਖਾ ਲਿਆ ਤਾਂ ਸਫ਼ਰ ਦੇ ਦੌਰਾਨ ਉਹਨਾਂ ਨੂੰ ਉਲਟੀ ਆ ਜਾਵੇਗੀ, ਪਰ ਭੁੱਖੇ ਪੇਟ ਸਫ਼ਰ ਕਰਨ ਦੇ ਨਾਲ ਉਲਟੀ ਆਉਣ ਦੇ ਚਾਂਸ ਹੋਰ ਜ਼ਿਆਦਾ ਵੱਧ ਜਾਂਦੇ ਨੇ। ਇਸ ਕਰਕੇ ਸਾਨੂੰ ਕਦੇ ਵੀ ਭੁੱਖੇ ਪੇਟ ਸਫ਼ਰ ਨਹੀਂ ਕਰਨਾ ਚਾਹੀਦਾ। ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬਹੁਤ ਭਾਰਾ ਖਾਣਾ ਖਾ ਲਓ, ਤੁਸੀਂ ਹਲਕਾ ਫੁਲਕਾ ਨਾਸ਼ਤਾ ਕਰਕੇ ਹੀ ਸਫ਼ਰ ਸ਼ੁਰੂ ਕਰੋ। ਲੰਬੇ ਵਾਹਨ ਜਿਵੇਂ ਕਿ ਬੱਸ ਆਦਿ ਦੇ ਵਿੱਚ ਤੁਸੀਂ ਸਭ ਤੋਂ ਪਿਛਲੇ ਵਾਲੀ ਸੀਟ ਦੇ ਉੱਪਰ ਬੈਠਣ ਤੋਂ ਗੁਰੇਜ਼ ਕਰੋ, ਕਿਉਂਕਿ ਉੱਥੇ ਗਤੀ ਦਾ ਅਹਿਸਾਸ ਸਭ ਤੋਂ ਜ਼ਿਆਦਾ ਹੁੰਦਾ ਹੈ। ਤੁਸੀਂ ਹਮੇਸ਼ਾ ਕਾਰ ਦੀ ਫਰੰਟ ਵਾਲੀ ਸੀਟ 'ਤੇ ਬੈਠੋ ਤੇ ਜ਼ਿਆਦਾ ਪਰੇਸ਼ਾਨੀ ਹੋਣ ਤੇ ਕਾਰ ਦੀ ਵਿੰਡੋ ਦਾ ਸ਼ੀਸ਼ਾ ਥੱਲੇ ਕਰ ਲਓ। ਇਸ ਤੋਂ ਬਿਨਾਂ ਤੁਸੀਂ ਆਪਣੇ ਬੈਗ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਰੱਖ ਸਕਦੇ ਹੋ ਜਿਹੜੀਆਂ ਤੁਹਾਨੂੰ ਮੋਸ਼ਨ ਸਿਕਨੈਸ ਤੋਂ ਰਾਹਤ ਦੇਣਗੀਆਂ, ਜਿਵੇਂ ਕਿ ਤੁਸੀਂ ਲੌਂਗ ਨੂੰ ਭੁੰਨ ਕੇ ਪੀਸ ਕੇ ਆਪਣੇ ਕੋਲ ਇੱਕ ਡੱਬੀ ਦੇ ਵਿੱਚ ਰੱਖ ਲਓ। ਤੁਸੀਂ ਜਦੋਂ ਵੀ ਸਫ਼ਰ ਦੇ ਉੱਪਰ ਜਾਓ ਤਾਂ ਇਸ ਨੂੰ ਆਪਣੇ ਨਾਲ ਲੈ ਕੇ ਜਾਓ। ਜਦੋਂ ਵੀ ਤੁਹਾਨੂੰ ਅਜਿਹਾ ਲੱਗੇ ਕਿ ਤੁਹਾਨੂੰ ਉਲਟੀ ਆ ਰਹੀ ਹੈ ਤਾਂ ਤੁਸੀਂ ਇਸ ਦੀ ਇੱਕ ਚੁਟਕੀ ਕਾਲੇ ਲੂਣ ਜਾਂ ਖੰਡ ਦੇ ਨਾਲ ਲੈ ਲਓ। ਸਫ਼ਰ ਤੇ ਜਾਂਦੇ ਸਮੇਂ ਆਪਣੇ ਨਾਲ ਇੱਕ ਪੱਕਿਆ ਹੋਇਆ ਨਿੰਬੂ ਜ਼ਰੂਰ ਰੱਖੋ ਤੇ ਜਦੋਂ ਤੁਹਾਡਾ ਮਨ ਖਰਾਬ ਹੋਣ ਲੱਗੇ ਇਸ ਨੂੰ ਛਿੱਲ ਕੇ ਸੁੰਘ ਲਓ। ਇਸ ਦੇ ਨਾਲ ਤੁਸੀਂ ਤਾਜ਼ਾ ਮਹਿਸੂਸ ਵੀ ਕਰੋਗੇ ਤੇ ਤੁਹਾਨੂੰ ਉਲਟੀ ਵੀ ਨਹੀਂ ਆਵੇਗੀ। ਤੁਲਸੀ ਦੇ ਪੱਤੇ ਚੱਬਣ ਦੇ ਨਾਲ ਵੀ ਉਲਟੀ ਨਹੀਂ ਆਉਂਦੀ। ਕਈ ਲੋਕਾਂ ਨੂੰ ਇੱਕ ਅਲੱਗ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਉਚਾਈ ਤੋਂ ਥੱਲੇ ਵੱਲ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਚੱਕਰ ਆਉਣ ਲੱਗਦੇ ਹਨ। ਇਸ ਕੰਡੀਸ਼ਨ ਨੂੰ ਵਰਟੀਗੋ ਕਿਹਾ ਜਾਂਦਾ ਹੈ। ਇਹ ਸਾਡੇ ਦਿਮਾਗ ਦਾ ਵਹਿਮ ਜਾਂ ਡਰ ਦੀ ਸਥਿਤੀ ਨਹੀਂ ਹੈ, ਬਲਕਿ ਇਹ ਬਹੁਤ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਇੱਥੇ ਮੈਂ ਇਹ ਵੀ ਕਹੂੰਗਾ ਕਿ ਜਿਨ੍ਹਾਂ ਲੋਕਾਂ ਨੂੰ ਉਚਾਈ ਦੇ ਉੱਪਰੋਂ ਡਰ ਲੱਗਦਾ ਹੈ ਉਹਨਾਂ ਨੂੰ ਉਚਾਈ ਦੇ ਉੱਪਰ ਜਾਣ ਤੋਂ ਪਰਹੇਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਪਰ ਇੱਥੇ ਇਹ ਵੀ ਗੱਲ ਜ਼ਰੂਰ ਹੈ ਕਿ ਸਾਵਧਾਨੀ ਵਰਤਣੀ ਜ਼ਰੂਰ
ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਤੱਕ ਵਿਗਿਆਨਿਕ ਵੀ ਨਹੀਂ ਸਮਝ ਸਕੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਨ੍ਹਾਂ ਨੂੰ ਸਫ਼ਰ ਦੇ ਵਿੱਚ ਉਲਟੀਆਂ ਜਾਂ ਚੱਕਰ ਆਉਂਦੇ ਨੇ ਇਹ ਕੋਈ ਬਿਮਾਰੀ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਉਚਾਈ ਤੋਂ ਡਰ ਲੱਗਦਾ ਹੈ ਇਹ ਵੀ ਕੋਈ ਬਿਮਾਰੀ ਨਹੀਂ ਬਲਕਿ ਇੱਕ ਤਰ੍ਹਾਂ ਦੀ ਸਥਿਤੀ ਜਾਣ ਕੇ ਕੰਡੀਸ਼ਨ ਹੀ ਹੈ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੇ ਲੋਕ ਰਾਤ ਨੂੰ ਕੰਨਾਂ ਦੇ ਵਿੱਚ ਏਅਰਫੋਨ ਜਾਂ ਏਅਰਪੋਡ ਲਗਾ ਕੇ ਗਾਣੇ ਸੁਣਦੇ ਸੁਣਦੇ ਸੌ ਜਾਂਦੇ ਹਨ ਉਹਨਾਂ ਦੇ ਨਾਲ ਸਾਡੇ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਸਾਡੇ ਕੰਨਾਂ ਦੇ ਵਿੱਚ ਜਿਹੜਾ ਮੈਲ ਹੁੰਦਾ ਹੈ ਉਹ ਬਾਹਰ ਨਹੀਂ ਨਿਕਲਦਾ ਤੇ ਸਾਡੇ ਕੰਨਾਂ ਦੇ ਅੰਦਰ ਜਿਹੜੀ ਨਮੀ ਹੁੰਦੀ ਹੈ ਉਹ ਵੀ ਇੱਕ ਜਗ੍ਹਾ ਤੇ ਹੀ ਰੁਕ ਜਾਂਦੀ ਹੈ। ਇਸ ਤਰ੍ਹਾਂ ਲਗਾਤਾਰ ਕਰਨ ਦੇ ਨਾਲ ਸਾਡੇ ਕੰਨਾਂ ਦੇ ਵਿੱਚ ਮੈਲ ਇੱਕ ਜਗ੍ਹਾ ਤੇ ਹੀ ਰੁਕਣ ਲੱਗ ਜਾਂਦੀ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਕੰਨਾਂ ਤੱਕ ਸਹੀ ਸਿਗਨਲ ਨਹੀਂ ਪਹੁੰਚਦਾ ਤੇ ਸਾਨੂੰ ਵਰਟੀਗੋ ਦੀ ਸਮੱਸਿਆ ਆਉਣ ਲੱਗਦੀ ਹੈ। ਜੇਕਰ ਇਹ ਸਮੱਸਿਆ ਜ਼ਿਆਦਾ ਵੱਧ ਜਾਵੇ ਤਾਂ ਆਦਮੀ ਨੂੰ ਜ਼ਮੀਨ ਦੇ ਉੱਪਰ ਖੜੇ ਨੂੰ ਵੀ ਚੱਕਰ ਆਉਣ ਲੱਗਦੇ ਹਨ। ਅਜਿਹੇ ਲੋਕਾਂ ਨੂੰ ਜ਼ਮੀਨ ਦੇ ਉੱਪਰ ਤੁਰਦੇ ਵੀ ਵਰਟੀਗੋ ਹੋਣ ਲੱਗਦਾ ਹੈ। ਅਜਿਹੇ ਵਿੱਚ ਤੁਸੀਂ ਆਪਣੇ ਕੰਨਾਂ ਦਾ ਖਾਸ ਧਿਆਨ ਰੱਖੋ ਤੇ ਕਦੇ ਵੀ ਏਅਰਫੋਨ ਜਾਂ ਏਅਰਪੋਡ ਲਗਾ ਕੇ ਰਾਤ ਨੂੰ ਨਾ ਸੋਵੋ। ਹਰ ਰੋਜ਼ ਨਹਾਉਣ ਤੋਂ ਬਾਅਦ ਜਦੇ ਹੀ ਤੁਸੀਂ ਜਿਹੜਾ ਆਪਣੇ ਕੰਨਾਂ ਨੂੰ ਏਅਰਬਡਸ ਦੇ ਨਾਲ ਸਾਫ਼ ਕਰ ਦਿਓ ਅਜਿਹਾ ਕਰਨਾ ਵੀ ਘੱਟ ਕਰ ਦਿਵੋ ਕਿਉਂਕਿ ਜਦੋਂ ਤੁਹਾਡੇ ਕੰਨ ਦੇ ਵਿੱਚ ਜ਼ਿਆਦਾ ਮੈਲ ਹੋਵੇਗੀ ਤਾਂ ਉਹ ਆਪਣੇ ਆਪ ਬਾਹਰ ਨੂੰ ਆ ਜਾਏਗੀ। ਉਦੋਂ ਤੁਸੀਂ ਉਸਨੂੰ ਏਅਰਬਡ ਦੇ ਨਾਲ ਬਾਹਰ ਕੱਢ ਸਕਦੇ ਹੋ। ਜੇਕਰ ਤੁਸੀਂ ਰੋਜ਼ ਆਪਣੇ ਕੰਨਾਂ ਦੇ ਵਿੱਚ ਏਅਰਬਡ ਮਾਰਦੇ ਹੋ ਤਾਂ ਅਜਿਹਾ ਕਰਨ ਦੇ ਨਾਲ ਜਿਹੜਾ ਤੁਹਾਡੇ ਕੰਨ ਦੇ ਵਿੱਚ ਵੈਕਸ ਹੁੰਦਾ ਹੈ ਜਿਹੜਾ ਧੂੜ ਮਿੱਟੀ ਤੁਹਾਡੇ ਕੰਨ ਦੇ ਵਿੱਚ ਜਾਣ ਤੋਂ ਰੋਕਦਾ ਹੈ ਉਹ ਤੁਹਾਡੀ ਤੀਲੀ ਦੇ ਨਾਲ ਹੀ ਬਾਹਰ ਨਿਕਲ ਜਾਂਦਾ ਹੈ ਤੇ ਇਸ ਤੋਂ ਬਾਅਦ ਧੂੜ ਮਿੱਟੀ ਤੁਹਾਡੇ ਕੰਨਾਂ ਤੱਕ ਸਿੱਧੀ ਪਹੁੰਚਣ ਲੱਗਦੀ ਹੈ। ਇਸ ਲਈ ਕੰਨਾਂ ਦੇ ਵਿੱਚ ਏਅਰਬਡ ਹਰ ਰੋਜ਼ ਨਹੀਂ ਮਾਰਨੇ ਚਾਹੀਦੇ ਬਲਕਿ ਲੋੜ ਪੈਣ ਤੇ ਹੀ ਇਸ ਨੂੰ ਵਰਤਣਾ ਚਾਹੀਦਾ ਹੈ। ਇਸ ਜੀ ਸਾਡੇ ਸਰੀਰ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।